ਪੰਜਾਬ ਗਵਰਨਮੈਂਟ ਦੇ ਹੁਕਮਾਂ ਅਨੁਸਾਰ ਪੰਜਾਬ ਭਰ ਦੇ ਵਿੱਚ ਕਰਫਿਊ ਲੱਗ ਚੁੱਕਿਆ ਹੈ। ਕੋਈ ਵਿਅਕਤੀ ਸੜਕ ਤੇ ਆਪਣੇ ਘਰ ਤੋਂ ਬਾਹਰ ਨਾ ਆਵੇ। ਜੇਕਰ ਕੋਈ ਵਿਅਕਤੀ ਲੱਗੇ ਕਰਫਿਊ ਦੇ ਵਿੱਚ ਬਾਹਰ ਆਉਂਦਾ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਉਸ ਦਾ ਉਹ ਖੁਦ ਜ਼ਿੰਮੇਵਾਰ ਹੋਵੇਗਾ। ਐਲਾਨ ਕਰਾਂਗੇ ਨਹੀਂ ਤਾਂ ਵਹੀਕਲ ਬੰਦ ਕਰਾਂਗੇ ਕਿ ਕੋਈ ਤਮਾਸ਼ਾ ਨਹੀਂ ਗਾ ਇਹ ਕੰਟਰੀ ਕ੍ਰਾਈਸਿਸ ਦੇ ਵਿੱਚ ਹੈ। ਗੱਲ ਸਮਝਣ ਦੀ ਲੋੜ ਹੈ ਲੋਕਾਂ ਨੂੰ ਸਮਝ ਨਹੀਂ ਆ ਰਹੀ ਉਹਨਾਂ ਲਈ ਤਮਾਸ਼ਾ ਜਾਂ ਪਿਕਨਿਕ ਹੈ ਪਿਕਨਿਕ ਜਾਂ ਤਮਾਸ਼ਾ ਨਹੀਂ ਗਾ। ਲੋਕੀ ਆਪਣੇ ਘਰੇ ਰਹਿਣ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਨਾਲ ਰੱਖਣ ਜਦ ਤੱਕ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਬਾਰ ਬਾਰ ਅਸੀਂ ਅਪੀਲ ਕਰੀ ਜਾਂਦੇ ਮਤਲਬ ਬੇਵਸ਼ ਹੋ ਕੇ ਸਾਨੂੰ ਕਾਰਵਾਈ ਕਰਨੀ ਪਈ ਔਰ ਅਸੀਂ ਕਰਾਂਗੇ ਵੀ ਜੀ ਜੈਸੇ ਯੰਗਸਟਰ ਹੈ ਜੋ ਕਾਫੀ ਬਾਹਰ ਆ ਰਹੇ ਸਕੂਟਰ ਬਾਈਕ ਵਗੈਰਾ ਜਿੱਥੇ ਵੀ ਸਾਨੂੰ ਦੱਸ ਤੋਂ ਫਿਰ ਇੱਕ ਜਗ੍ਹਾ ਝੁੰਡ ਮਿਲ ਰਿਹਾ ਆਪਾਂ ਪਰਚਾ ਕਰਕੇ ਪਾਸੇ ਕਰਾਂਗੇ ਜੀ ਇਹਨਾਂ ਨੂੰ।